ਅੱਜ ਵਿਦਿਆਰਥੀਓ ਤੁਹਾਨੂੰ ਮੈਂ ਦੱਸਣ ਚੱਲਿਆ ਕਿ ਨੈਨੀ ਪ੍ਰੋਗਰਾਮ ਜੋ ਹੈ 6 ਮਹੀਨੇ ਦਾ ਜਿਹਦਾ ਕੈਨੇਡਾ ਵਿੱਚ ਅਤੇ ਆਸਟ੍ਰੇਲੀਆ UK USA ਵਿੱਚ ਬਹੁਤ ਜ਼ਿਆਦਾ ਡਿਮਾਂਡ ਹੈ, ਪਰ ਮੇਰੇ ਕੋਲ ਜਿੰਨੇ ਵੀ ਫੋਨ ਆ ਰਹੇ ਹਨ ਉਹ ਤਕਰੀਬਨ ਇਨਕੰਪੀਟੈਂਟ ਵਿਦਿਆਰਥੀਆਂ ਦੇ ਆ ਰਹੇ ਹਨ ਕਿ ਕਿਸੇ ਤਰ੍ਹਾਂ ਜੁਗਾੜ ਲਗਾ ਦਿਓ ਅਸੀਂ ਉੱਧਰ ਪਹੁੰਚ ਜਾਈਏ। ਪਰ ਪਿਆਰੇ ਵਿਦਿਆਰਥੀਓ, ਅਤੇ ਮੈਂ ਉਹਨਾਂ ਦੇ ਮਾਪਿਆਂ ਨੂੰ ਇਹੀ ਗੱਲ ਕਹਿਣਾ ਚਾਹਾਂਗਾ ਕਿ ਇਹੋ ਜਿਹੇ ਫੋਨ ਕਰਨ ਦਾ ਕੋਈ ਫਾਇਦਾ ਨਹੀਂ। ਇਹੋ ਜਿਹੇ ਜਦੋਂ ਫੋਨ ਤੁਸੀਂ ਕਰਦੇ ਹੋ, ਅਗਰ ਉਹ ਕਿਸੇ ਏਜੰਟ ਜਾਂ ਕੰਸਲਟੈਂਟ ਕੋਲ ਚਲੇ ਜਾਂਦੇ ਹਨ ਤਾਂ ਉਹ ਤੁਹਾਨੂੰ ਪੂਰੀ ਤਰ੍ਹਾਂ ਲੁੱਟ ਖਸੁੱਟ ਤੁਹਾਡੀ ਕਰਨਗੇ ਹੀ ਕਰਨਗੇ, ਕਿਉਂਕਿ ਜਦੋਂ ਤੁਸੀਂ ਕੋਈ ਡਿਮਾਂਡ ਹੀ ਇਲੀਗਲ ਕਰ ਰਹੇ ਹੋ ਤਾਂ ਸਪਲਾਈ ਵੀ ਇਹੋ ਜਿਹੀ ਹੋਏ। ਤਾਂ ਪਹਿਲੀ ਗੱਲ, ਇੱਕ ਗੱਲ ਯਾਦ ਰੱਖੋ ਕਿ ਕੈਨੇਡਾ ਇਮੀਗ੍ਰੇਸ਼ਨ ਦੀ ਸਾਈਟ 'ਤੇ ਜਾਓ, ਉੱਥੇ ਬਕਾਇਦਾ 3 ਚੀਜ਼ਾਂ ਲਿਖੀਆਂ ਹੋਈਆਂ ਹੈਗੀਆਂ ਕਿ ਜਿਹੜਾ ਵੀ ਇੰਪਲਾਇਰ ਹੈ ਜਿਹੜਾ ਤੁਹਾਨੂੰ ਉੱਧਰ ਨੈਣੀ ਵਾਸਤੇ ਬੁਲਾ ਰਿਹਾ ਉਹ 3 ਕੰਡੀਸ਼ਨਾਂ ਪੂਰੀਆਂ ਜ਼ਰੂਰ ਕਰਦਾ ਹੋਵੇ। ਉਹਦੇ ਘਰ ਕੋਈ ਬਜ਼ੁਰਗ 65 ਸਾਲ ਜਾਂ 65 ਸਾਲ ਤੋਂ ਵੱਧ ਦਾ ਸੀਨੀਅਰ ਸਿਟੀਜ਼ਨ ਹੋਣਾ ਚਾਹੀਦਾ ਜਿਹਦੀ ਦੇਖਭਾਲ ਲਈ ਉਹ ਤੁਹਾਨੂੰ ਬੁਲਾਏ। ਨੰਬਰ 2, ਉਹਦੇ ਘਰ 18 ਸਾਲ ਤੋਂ ਘੱਟ ਦਾ ਕੋਈ ਬੱਚਾ ਹੋਣਾ ਚਾਹੀਦਾ ਹੈ ਜਿਹਦੀ ਤੁਸੀਂ ਦੇਖ ਰੇਖ ਕਰਨ ਲਈ ਜਾ ਰਹੇ ਹੋ। ਅਤੇ ਨੰਬਰ 3, ਉਸ ਦੀ $66,000 ਕੈਨੇਡੀਅਨ ਡਾਲਰ ਦੀ ਇਨਕਮ ਵੀ ਹੋਣੀ ਚਾਹੀਦੀ, ਚਾਹੇ ਉਹਦੀ ਵਾਈਫ, ਚਾਹੇ ਉਸਦਾ ਆਪਣਾ ਜਿਹੜਾ ਕਾਰੋਬਾਰ ਹੈ, ਤਾਂ ਉਹਦੀ ਐਨੂਅਲ ਇਨਕਮ ਸਾਲਾਨਾ $66,000 ਕੈਨੇਡੀਅਨ ਡਾਲਰ ਹੋਏਗੀ ਤਾਂ ਉਹ ਐਲੀਜੀਬਲ ਹੈਗਾ। ਇੱਥੇ ਗੱਲ ਖਤਮ ਨਹੀਂ ਹੁੰਦੀ। ਪਹਿਲੀ ਗੱਲ ਫਿਰ ਮੈਂ ਦੁਬਾਰਾ ਰਿਪੀਟ ਕਰਦਾ ਹਾਂ ਕਿ ਉਹਦੇ ਘਰ ਕੋਈ ਬਜ਼ੁਰਗ ਹੋਵੇ 65 ਸਾਲ ਤੋਂ ਉੱਪਰ ਦਾ ਜਾਂ 65 ਸਾਲ ਦਾ, ਉਹਦੇ ਘਰ ਕੋਈ ਬੱਚਾ ਹੋਵੇ ਜਿਹੜਾ 18 ਸਾਲ ਤੋਂ ਘੱਟ ਦੀ ਉਮਰ ਦਾ ਜਿਹਦੀ ਕਿ ਦੇਖਭਾਲ ਤੁਸੀਂ ਕਰਨ ਜਾਣਾ ਹੈਗਾ, ਜਾਂ ਉਹਦੇ ਘਰ ਕੋਈ ਮਰੀਜ਼ ਹੈਗਾ ਜਿਹੜਾ ਕਿ ਪਰਮਾਨੈਂਟਲੀ ਡਿਸੇਬਲਡ ਹੋ ਗਿਆ, ਪਾਰਕਿੰਸੋਨਿਜ਼ਮ ਡਿਜ਼ੀਜ਼ ਹੈ ਜਾਂ ਪੈਰਾਪਲੇਜੀ ਹੈ ਜਾਂ ਹੈਮੀਪਲੇਜੀ ਹੈ, ਜਾਂ ਤੁਸੀਂ ਕਹਿ ਲਓ ਕਿ ਉਹ ਆਪਣੀ ਹੈਲਪ ਆਪ ਨਹੀਂ ਕਰ ਸਕਦਾ, ਡਿਸੇਬਲਡ ਹੈਗਾ, ਅਪੰਗ ਹੈਗਾ, ਮਰੀਜ਼ ਹੈ, ਉਹਦੀ ਦੇਖਭਾਲ ਲਈ ਤੁਸੀਂ ਜਾ ਰਹੇ ਹੈਗੇ। ਤਾਂ 2 ਤਰ੍ਹਾਂ ਦੀ ਕੈਟੇਗਰੀਜ਼ ਹੁੰਦੀਆਂ ਨੈਣੀ ਦੀਆਂ, ਇੱਕ ਤਾਂ ਬੱਚੇ ਦੀ ਦੇਖਭਾਲ ਵਾਸਤੇ, ਅਤੇ ਇੱਕ ਹੁੰਦਾ ਦੂਸਰੀ ਕੈਟੇਗਰੀ 'ਚ ਬੱਚੇ ਦੀ ਦੇਖਭਾਲ ਜਮ੍ਹਾਂ ਕੋਈ ਬਜ਼ੁਰਗ ਦੀ ਦੇਖਭਾਲ ਜਮ੍ਹਾਂ ਪੇਸ਼ੈਂਟ ਕੇਅਰ, ਡਿਸੇਬਲਡ ਕੇਅਰ ਜਾਂ ਅਪੰਗ ਦੀ ਦੇਖਭਾਲ ਕਰਨ ਵਾਸਤੇ ਜਾਣਾ। ਅਤੇ ਪਿਆਰੇ ਵਿਦਿਆਰਥੀਓ, ਮੈਂ ਜਿਵੇਂ ਦੱਸ ਰਿਹਾ ਸੀ ਤੁਹਾਨੂੰ ਕਿ ਕੰਡੀਸ਼ਨ ਨੰਬਰ 1 ਜਿਹੜੀ ਹੈਗੀ ਉਹ ਹੈਗੀ ਕਿ ਜਿਹੜਾ ਵੀ ਤੁਹਾਨੂੰ ਇੰਪਲਾਇਰ ਬੁਲਾ ਰਿਹਾ ਹੈ ਉਹਦੀ ਇਨਕਮ, ਉਹ ਮੈਂ ਤੁਹਾਨੂੰ ਦੱਸਤੀ, $66,000 ਕੈਨੇਡੀਅਨ ਡਾਲਰਸ ਹੈ। ਸੰਯੁਕਤ ਰੂਪ 'ਚ ਹੋਏ ਉਹਦੀ ਹੋਵੇ, ਪਲੱਸ ਉਹਦੀ ਵਾਈਫ ਦੀ ਹੋਵੇ, ਸਲਾਨਾ ਹੋਵੇ, ਉਹ ਆਸਟ੍ਰੇਲੀਆ ਦਾ ਸਿਟੀਜ਼ਨ ਹੋਵੇ ਜਾਂ ਕੈਨੇਡਾ ਦਾ ਸਿਟੀਜ਼ਨ ਹੋਵੇ, ਅਤੇ ਦੂਸਰਾ ਉਸਦਾ PR ਉਹਦਾ ਪੱਕਾ ਹੋਣਾ ਵੀ ਉੱਥੇ ਜ਼ਰੂਰੀ। ਉਹ ਇੰਪਲਾਇਰ ਤੁਹਾਨੂੰ ਜੋਬ ਆਫਰ ਭੇਜ ਸਕਦਾ ਹੈਗਾ, ਉਹ ਵੀ ਜੋਬ ਆਫਰ ਜਦੋਂ ਭੇਜੂਗਾ ਤੁਹਾਨੂੰ ਤਾਂ ਉਹਦੇ ਵਿੱਚ ਲੇਬਰ ਮਾਰਕੀਟ ਅਸੈਸਮੈਂਟ ਹੋਣੀ ਜ਼ਰੂਰੀ ਹੈ ਕਿ ਉਹ ਲੇਬਰ ਜਿਹੜੀ ਅਸੈਸਮੈਂਟ ਹੈ, ਮਾਰਕੀਟ ਦੀ ਅਸੈਸਮੈਂਟ ਕੈਨੇਡਾ ਦੀ, ਉਹ ਇਹ ਇਸ ਨੂੰ ਪੂਰੀ ਤਰ੍ਹਾਂ ਨਿਸ਼ਚਿੰਤ ਕਰਦੀ ਹੈ ਕਿ ਜਿਹੜਾ ਨੈਣੀ ਨੂੰ ਬੁਲਾ ਰਿਹਾ ਲੜਕੀ ਨੂੰ ਜਾਂ ਲੜਕੇ ਨੂੰ, ਉਹ ਉਹਦੇ ਬੁਲਾਉਣ ਦੇ ਨਾਲ ਕਿਤੇ ਇੱਥੇ ਅਨਇੰਪਲਾਇਮੈਂਟ ਤਾਂ ਨਹੀਂ ਕ੍ਰੀਏਟ ਹੋ ਜਾਏਗੀ ਕਿ ਕਿੱਥੇ ਕੈਨੇਡਾ ਦੇ ਵਿੱਚ ਜਿਹੜੀਆਂ ਨੈਨੀਜ਼ ਹੈਗੀਆਂ ਉਹਨਾਂ ਦੀ ਇੰਪਲਾਇਮੈਂਟ ਨੂੰ ਤਾਂ ਨਹੀਂ ਖਤਰਾ ਹੋਜੂਗਾ। ਤਾਂ ਇਸ ਤਰ੍ਹਾਂ ਦੀ ਗੱਲ ਤਾਂ ਤੁਹਾਨੂੰ ਕੋਈ ਏਜੰਟ ਦੱਸਦਾ ਹੋਊਗਾ। ਤਾਂ ਜਨਰਲ ਅਵੇਅਰਨੈਸ ਹੈ, ਇਹ ਚੀਜ਼ਾਂ ਮੈਂ ਸਿੱਖਿਆ ਨਹੀਂ, ਇਹ ਉਹਨਾਂ ਦੀ ਸਾਈਟ 'ਤੇ ਲਿਖੀਆਂ ਹੋਈਆਂ। ਦੂਸਰੀ ਗੱਲ, ਜਿਹੜੇ ਵਿਦਿਆਰਥੀ ਕਹਿੰਦੇ ਹੈਗੇ ਕਿ ਸਰ ਜੀ ਸਾਨੂੰ ਬਗੈਰ ਆਈਲੈਟਸ ਹੀ ਉੱਧਰ ਭੇਜ ਦਿਓ, ਸਾਨੂੰ ਕੋਈ ਇੰਸਟੀਚਿਊਟ ਬਗੈਰ ਆਈਲੈਟਸ 'ਤੇ ਹੀ ਕਹਿ ਰਿਹਾ ਹੈ। ਦੇਖੋ ਬੇਟਾ, ਆਈਲੈਟਸ ਇੱਕ ਮਾਪਦੰਡ ਹੈ ਕੈਨੇਡਾ ਆਸਟ੍ਰੇਲੀਆ UK ਵਿੱਚ ਤੁਹਾਡੀ ਅੰਗਰੇਜ਼ੀ ਜਾਂਚਣ ਦਾ, ਉਹਦੇ ਅਲੱਗ ਅਲੱਗ ਲੈਵਲ ਹੈ, 1, 2, 3, 4, 5, 6, 7 ਇਸ ਤਰ੍ਹਾਂ ਕਰਦੇ ਕਰਦੇ ਉੱਪਰ ਤੱਕ ਕਿ ਤੁਹਾਡੀ ਇੰਗਲਿਸ਼ ਦੀ ਲੈਵਲ ਕਿੰਨਾ ਉਹਨਾਂ ਦੇ ਮੁਤਾਬਕ। ਪਰ ਧਿਆਨ ਨਾਲ ਸੁਣੋ, ਅਗਰ ਤੁਸੀਂ ਐਮਰਜੈਂਸੀ ਸਿਚੁਏਸ਼ਨ ਵਿੱਚ ਵੀਜ਼ਾ ਆਫਿਸਰ ਇਹ ਜਾਂਚਦਾ ਹੈਗਾ, ਚਲੋ ਤੁਸੀਂ ਆਇਲਸ ਵੀ ਨਹੀਂ ਕੀਤੀ ਹੋਈ, ਅਗਰ ਤੁਹਾਡੀ ਇੰਗਲਿਸ਼ ਇੰਨੀ ਕੁ ਪ੍ਰੋਫੀਸ਼ੈਂਟ ਨਹੀਂ ਹੈ, ਕਮਿਊਨੀਕੇਬਲ ਨਹੀਂ ਹੈ, ਤਾਂ ਤੁਸੀਂ ਐਮਰਜੈਂਸੀ ਸਿਚੁਏਸ਼ਨ ਵਿੱਚ ਬੱਚੇ ਨੂੰ, ਬਜ਼ੁਰਗ ਨੂੰ, ਡਿਸੇਬਲ ਨੂੰ ਬਚਾ ਕਿਵੇਂ ਲਓਗੇ? ਬਲੰਡਰ ਨਹੀਂ ਕ੍ਰੀਏਟ ਕਰ ਰਹੇ ਜਿਵੇਂ ਅਸੀਂ ਕੀਤਾ ਸੀ ਚਾਈਨਾ ਦੇ ਵਿੱਚ?
ਜਾਂ ਸੌਰੀ ਜਦੋਂ ਆਪਾਂ ਸੋਚਿਆ ਸੀ 1962 ਵਿੱਚ ਕਿ ਹਿਮਾਲਿਆ ਪਰਬਤ ਉੱਚਾ ਹਮਾਰਾ ਅਤੇ ਇਹ ਰੱਖਿਆ ਕਰੇਗਾ, ਇੱਧਰੋਂ ਕੋਈ ਆ ਹੀ ਨਹੀਂ ਸਕਦਾ ਦੁਸ਼ਮਣ, ਅਤੇ ਚਾਈਨਾ ਨੇ ਇਨਵੇਡ ਕਰ ਲਿਆ ਸੀ, ਜੋਸ਼ੀਮਠ ਤੱਕ ਪਹੁੰਚ ਗਏ ਸੀ ਅਤੇ ਦਿੱਲੀ ਦੂਰ ਨਹੀਂ ਸੀ। ਦੈਟ ਵਾਜ਼ ਕਾਲਡ ਐਜ਼ ਏ ਬਿਗ ਬਲੰਡਰ। ਅਤੇ ਇਸ ਤਰ੍ਹਾਂ ਹੀ ਜਿਹੜੇ ਬੱਚੇ ਸੋਚਦੇ ਆ ਕਿ ਆਇਲਸ ਤੋਂ ਬਗੈਰ ਹੀ, ਲੈਂਗੁਏਜ ਦੀ ਪਕੜ ਤੋਂ ਬਗੈਰ ਹੀ ਉਹ ਕੈਨੇਡਾ ਪਹੁੰਚ ਜਾਣਗੇ, ਕਬੂਤਰਬਾਜ਼ੀ ਕਰ ਲੈਣਗੇ, ਅਸੰਭਵ ਹੈ। ਵੀਜ਼ਾ ਆਫਿਸਰ ਇੰਨੇ ਕੱਚੇ ਨਹੀਂ ਹੈ। ਦੂਸਰਾ ਮੈਂ ਦੇਖਦਾ ਕਈ ਲੇਡੀਜ਼ ਜਿਨ੍ਹਾਂ ਦੇ ਆਪਣੇ ਬੱਚੇ ਰੁਲ ਰਹੇ ਆ ਇੱਥੇ ਅਤੇ ਉਹ ਬਾਹਰ ਜਾਣਾ ਚਾਹੁੰਦੀਆਂ ਨੇ, ਮੈਂ ਉਹਨਾਂ ਬੱਚਿਆਂ ਨੂੰ ਵੀ ਇਹ ਗੱਲ ਕਹਿਣਾ ਚਾਹਾਂਗਾ ਕਿ ਤੁਸੀਂ ਕੀ ਵੀਜ਼ਾ ਆਫਿਸਰ ਤੁਹਾਨੂੰ ਪੁੱਛਦਾ, ਤੁਸੀਂ ਆਪਣੇ ਬੱਚੇ ਦਾ ਕੀ ਕਰੋਗੇ? ਤੁਸੀਂ ਦੂਜੇ ਦੇ ਬੱਚੇ ਦੀ ਦੇਖਭਾਲ ਲਈ ਜਾ ਰਹੇ ਹੋ, ਇੱਥੋਂ ਸਾਫ਼ ਸਿੱਧ ਹੁੰਦਾ ਕਿ ਸਾਡੀ ਗਰੀਡ ਸਾਨੂੰ ਲੈ ਕੇ ਜਾ ਰਹੀ ਹੈ, ਅਸੀਂ ਮੁੜਨਾ ਨਹੀਂ ਹੈ ਵਾਪਸ। ਤਾਂ ਇਹੋ ਜਿਹੇ ਕੁਐਸਚਨਾਂ ਦੇ ਆਂਸਰ ਜਸਟੀਫਾਈਡ ਤੁਹਾਡੇ ਕੋਲ ਹੋਣੇ ਚਾਹੀਦੇ ਹੈ ਕਿ ਤੁਸੀਂ ਮੁੜੋਗੇ ਵੀ ਜੋ ਵੀਜ਼ਾ ਆਫਿਸਰ ਤੁਹਾਡੇ ਤੋਂ ਪੁੱਛੂਗਾ। ਤਾਂ ਇਹ ਗੱਲ ਧਿਆਨ ਰੱਖੋ ਬੱਚਿਓ ਕਿ ਪਹਿਲਾਂ ਤਾਂ ਇੰਪਲਾਇਰ ਦੀ ਇਹ ਕੰਡੀਸ਼ਨਾਂ ਹੈਗੀਆਂ, ਉਸ ਤੋਂ ਬਾਅਦ ਇੰਪਲਾਇਰ ਜਿਹੜਾ ਜੋਬ ਆਫਰ ਤੁਹਾਨੂੰ ਲੇਬਰ ਮਾਰਕੀਟ ਅਸੈਸਮੈਂਟ ਦੇ ਥਰੂ ਦੇਵੇਗਾ, ਤਾਂ ਉਹ ਜੋਬ ਆਫਰ ਤੋਂ ਬਾਅਦ ਫਿਰ ਸਾਨੂੰ ਕੋਈ ਅੱਛੇ ਤੋਂ ਅੱਛਾ ਐਡਵੋਕੇਟ ਹਾਇਰ ਕਰਨਾ ਪੈਂਦਾ, ਕੈਨੇਡਾ ਬੇਸਡ ਹੀ ਹੋਵੇ, ਬਰਿਸਟਰ ਹੋਵੇ, ਸੋਲੀਸੀਟਰ ਹੋਵੇ, ਨੋਟਰੀ ਹੋਵੇ, ਜਿਹੜਾ ਸਰਟੀਫਾਈਡ ਹੋਵੇ ਉੱਥੋਂ ਦੀ ਗੌਰਮੈਂਟ ਵੱਲੋਂ, ਜਿਹੜਾ ਤੁਹਾਡੇ ਕੇਸ ਨੂੰ ਪੇਸ਼ ਕਰੇਗਾ ਅਤੇ ਵਰਕ ਵੀਜ਼ਾ ਲੈ ਕੇ ਆਏਗਾ। ਬਹੁਤੇ ਬੱਚੇ ਜਿਹੜੇ ਹੈਗੇ ਕੰਸਲਟੈਂਟ ਦੇ ਚੱਕਰ 'ਚ ਪੈ ਜਾਂਦੇ ਆ ਕਿ ਚਲੋ ਸਪੋਂਸਰ ਹਾਇਰ ਦੀ, ਸਾਡੇ ਕੋਲ ਤਾਂ ਸਪੋਂਸਰ ਹੈ ਨਹੀਂ, ਸਾਡੇ ਕੋਲ ਤਾਂ ਇੰਪਲਾਇਰ ਹੈ ਨਹੀਂ, ਤੁਸੀਂ ਅਰੇਂਜ ਕਰ ਦਿਓ ਜੀ, ਇਹ ਇਸ ਤਰ੍ਹਾਂ ਦੀ ਗੱਲ ਕਰਦੇ ਹੈਗੇ। ਇਹਦੇ 'ਚ ਕੋਈ ਦਮ ਨਹੀਂ ਹੈ ਸਿੱਧੀ ਜੀ ਮਾਨ ਗੱਲ।